इस महीने की शुरुआत में साढ़े देश के फाइनेंस मिनिस्टर वालों निर्मला सीतारमण वालों जो बजट पेश किया गया उस बजट में कहा गया कि अमृतकाल की शुरुआत है। तो जे आप एजुकेशन खेत्र की गल करते हैं तो सरकार वालों कहा जाता जो कमिशन ने जोड़े उन्होंने रेकमेंड किया गया कि 6% जोड़ा है घट्टो घट जोड़ा है एजुकेशन से खर्चा जाए, पर जोड़ा ये बजट जोड़ा पेश किया गया उस मिथ्या गया कि 2.6% जोड़ा एजुकेशन से खर्चा जाएगा जो कि काफ़ी घट है। न्यू एजुकेशन पॉलिसी की है केंद्र की जी सिक्ख्या मंत्रालय है उसके द्वारा जी नवी सिक्ख्या नीति लिया गई है NEP 2020 NEP 2020 है उसनू सैशन 2023-24 तो पूर्ण तौर पर हर एक सूबे दे विच देश दे विच उन्हूं लागू कर दिता गया। ये जिहड़ा पॉलिसी ड्राफ्ट है ये एक फॉरन का जिहड़ा आपां कहीए मॉडल अडोप्ट करन दी कोशिश की गई है भारत सरकार के द्वारा NEP 2020। तो सर जी न्यू एजुकेशन पॉलिसी है ये चुनौतियाँ केड़ियाँ केड़ियाँ ने वो जी NEP 2020 गल आती है सब तो पहला वो है एजुकेशन की असैसीबिलिटी फॉर ऑल। दूसरी जी नवी सिक्ख्या नीति आल आती है जी सिक्ख्या है वह ग्रहण करने तो बाद फायदे किन्ने हो आती है स्किल्ड बेस्ड एजुकेशन ਉਹਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਇਹਨੂੰ ਇੰਪਲੀਮੈਂਟ ਕਰਨ ਵਾਸਤੇ ਸਰਕਾਰ ਜਿਹੜੀ ਉਹਨੇ ਕੀ ਰੋਡ ਮੈਪ ਤਿਆਰ ਕੀਤਾ ਹੈ ਕਿ ਇਸ ਤਰ੍ਹਾਂ ਇੰਪਲੀਮੈਂਟ ਕਰੇਗੀ ਸਰਕਾਰ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ 2023-24 ਦਾ ਸੈਸ਼ਨ ਜਿਹੜਾ ਉਸ ਨੂੰ ਅਲਟੀਮੇਟਮ ਦੇ ਤੌਰ 'ਤੇ ਮੰਨਿਆ ਜਾ ਰਿਹਾ ਕਿ ਇਸ ਵਾਰ ਜਿਸ ਤਰ੍ਹਾਂ ਮਰਜ਼ੀ ਕਰਕੇ ਤੁਸੀਂ ਨਵੀਂ ਸਿੱਖਿਆ ਨੀਤੀ ਨੂੰ ਜਿਹੜਾ ਹੈਗਾ ਉਹ ਲਾਗੂ ਕਰੋ। ਐਜੂਕੇਸ਼ਨ ਹੀ ਅਜਿਹਾ ਟੂਲ ਹੈ, ਵਿੱਦਿਆ ਹੀ ਅਜਿਹਾ ਟੂਲ ਹੈ ਜਿਹੜਾ ਤੁਹਾਨੂੰ ਦੂਜੇ ਮੁਲਕਾਂ ਦੇ ਬਰਾਬਰ ਕਰ ਸਕਦਾ। ਸਤਿ ਸ਼੍ਰੀ ਅਕਾਲ ਜੀ, ਮਾਤਾ ਗੁਜਰੀ ਕਾਲਜ ਦਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਵੱਲੋਂ ਨਿਰਮਲਾ ਸੀਤਾਰਮਣ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਬਜਟ ਨੂੰ ਕਿਹਾ ਗਿਆ ਕਿ ਅੰਮ੍ਰਿਤਕਾਲ ਦੀ ਸ਼ੁਰੂਆਤ ਹੈ। ਅਤੇ ਅੰਮ੍ਰਿਤਕਾਲ ਦੀ ਸ਼ੁਰੂਆਤ ਉਦੋਂ ਹੀ ਹੋ ਸਕਦੀ ਹੈ ਜਦੋਂ ਸਿਹਤ ਅਤੇ ਸਿੱਖਿਆ ਦੇ ਵਿੱਚ ਜਿਹੜਾ ਆ ਬਹੁਤ ਵੱਡਾ ਸੁਧਾਰ ਕੀਤਾ ਜਾਵੇ, ਉਸ ਦੇ ਲਈ ਚੰਗੀਆਂ ਨੀਤੀਆਂ ਜਿਹੜੀਆਂ ਨੇ ਬਣਾਈਆਂ ਜਾਣ। ਅਤੇ ਇਸੇ ਸਿੱਖਿਆ ਦੇ ਅਗਰ ਆਪਾਂ ਸਿੱਖਿਆ ਦੇ ਖੇਤਰ ਦੀ ਗੱਲ ਕਰਦੇ ਹਾਂ ਤਾਂ ਸਿੱਖਿਆ ਦੇ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਨਿਊ ਐਜੂਕੇਸ਼ਨ ਪਾਲਿਸੀ 2020 ਜਿਹੜੀ ਉਹ ਬਣਾਈ ਗਈ। ਹੁਣ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਸਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ ਹੈ, ਉਸਨੂੰ ਕਿਸ ਤਰ੍ਹਾਂ ਜਿਹੜਾ ਪੂਰੀ ਤਰ੍ਹਾਂ ਸਿਰੇ ਚੜ੍ਹਾਉਣਾ ਹੈ, ਉਹ ਜਿਹੜਾ ਉਹ ਸਾਰਿਆਂ ਦੇ ਐਫਰਟਸ ਦੀ ਜਿਹੜੀ ਆ ਉਹ ਲੋੜ ਆ। ਅਤੇ ਜੇ ਆਪਾਂ ਐਜੂਕੇਸ਼ਨ ਖੇਤਰ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਵੱਲੋਂ ਕਿਹਾ ਜਾਂਦਾ ਜਾਂ ਸਾਡੇ ਜਿਹੜੇ ਕਮਿਸ਼ਨਸ ਨੇ ਜਿਹੜੇ ਉਹਨਾਂ ਵੱਲੋਂ ਰੈਕਮੈਂਡ ਕੀਤਾ ਗਿਆ ਕਿ 6% ਜਿਹੜਾ ਹੈ ਘੱਟੋ ਘੱਟ ਜਿਹੜਾ ਹੈ ਐਜੂਕੇਸ਼ਨ 'ਤੇ ਖਰਚਿਆ ਜਾਏ, ਪਰ ਜਿਹੜਾ ਇਹ ਬਜਟ ਜਿਹੜਾ ਪੇਸ਼ ਕੀਤਾ ਗਿਆ ਉਸ ਵਿੱਚ ਮਿਥਿਆ ਗਿਆ ਕਿ 2.6% ਜਿਹੜਾ ਉਹ ਐਜੂਕੇਸ਼ਨ 'ਤੇ ਖਰਚਿਆ ਜਾਏਗਾ ਜੋ ਕਿ ਕਾਫ਼ੀ ਘੱਟ ਆ। ਅਤੇ ਅੱਜ ਅਸੀਂ ਇਸੇ ਨਿਊ ਐਜੂਕੇਸ਼ਨ ਪਾਲਿਸੀ ਰਿਲੇਟਡ ਗੱਲ ਕਰਾਂਗੇ ਕਿ ਨਿਊ ਐਜੂਕੇਸ਼ਨ ਪਾਲਿਸੀ ਕੀ ਹੈ, ਕੀ ਇਸ 'ਤੇ ਜਿਹੜੀਆਂ ਨੇ ਚੁਣੌਤੀਆਂ ਨੇ ਅਤੇ ਕਿਸ ਤਰ੍ਹਾਂ ਇਸ ਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਏਗਾ। ਅਤੇ ਇਸ ਬਾਬਤ ਗੱਲ ਕਰਨ ਲਈ ਸਾਡੇ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਆਪਣੇ ਪ੍ਰੋਫੈਸਰ ਸਾਹਿਬਾਨ ਡਾਕਟਰ ਸਤਨਾਮ ਸਰ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਸ਼ੁਕਰੀਆ ਜੀ ਬਹੁਤ ਬਹੁਤ। ਅਤੇ ਸਰ ਆਪਾਂ ਸ਼ੁਰੂਆਤ ਹੀ ਆਪਣੇ ਪਹਿਲੇ ਸਵਾਲ ਤੋਂ ਕੀ ਕਰਦੇ ਹਾਂ ਕਿ ਨਿਊ ਐਜੂਕੇਸ਼ਨ ਪਾਲਿਸੀ ਕੀ ਹੈ? ਹਾਂਜੀ ਦੇਖੋ, ਕਿਸੇ ਵੀ ਮੁਲਕ ਦੇ ਆ ਜਿਹੜਾ ਹੈਗਾ ਜੀ ਗੱਲ ਆਪਾਂ ਸਿੱਖਿਆ ਦੀ ਕਰਦੇ ਹਾਂ ਤਾਂ ਉਸ ਮੁਲਕ ਦੀ ਇੱਕ ਐਜੂਕੇਸ਼ਨ ਪਾਲਿਸੀ ਹੁੰਦੀ ਹੈ। ਜਦੋਂ ਨਵੀਂ ਸਿੱਖਿਆ ਨੀਤੀ ਇੰਡੀਆ ਦੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ NEP 2020 ਦੀ 2020 ਨਵੀਂ ਸਿੱਖਿਆ ਨੀਤੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਸਨੂੰ ਕਿਹਾ ਜਾਂਦਾ, ਇਹ ਸੈਂਟਰ ਗਵਰਨਮੈਂਟ ਦੇ ਵੱਲੋਂ ਇਹ ਤੀਜੀ ਵਾਰੀ ਹੈ ਕਿ ਜਿਹੜੀ ਭਾਰਤ ਦੇ ਵਿੱਚ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਉਸ ਨੂੰ ਰਿਵਾਈਜ਼ ਕਰਕੇ ਲਿਆਂਦਾ ਗਿਆ। ਸਭ ਤੋਂ ਪਹਿਲਾਂ ਮਿਸ ਇੰਦਰਾ ਗਾਂਧੀ ਦੀ ਸਰਕਾਰ ਸੀ ਕੇਂਦਰ ਦੇ ਵਿੱਚ 68 ਦੇ ਵਿੱਚ ਜਿਹੜੀ ਪਹਿਲੀ ਸਿੱਖਿਆ ਨੀਤੀ ਆਈ ਸੀ, ਉਸ ਤੋਂ ਬਾਅਦ 86 ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮਿਸਟਰ ਰਾਜੀਵ ਗਾਂਧੀ ਸਨ, ਉਸ ਵਕਤ ਜਿਹੜੀ ਹੈ ਚੇਂਜਸ ਲਿਆ ਕੇ ਸਿੱਖਿਆ ਦੇ ਵਿੱਚ ਉਹ ਹੇਠਲੀ ਅਤੇ ਉਚੇਰੀ ਸਿੱਖਿਆ ਜਿਹੜੀ ਹੈਗੀ ਉਹਦੀ ਨੀਤੀ ਅਲੱਗ ਬਣਾਈ ਗਈ। ਉਸ ਤੋਂ ਬਾਅਦ ਹੁਣ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ
ਨਵੀਂ ਸਿੱਖਿਆ ਨੀਤੀ ਹੈ, ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, NEP 2020 ਜਿਹੜਾ ਨਾਮ ਵਰਤਿਆ ਜਾਂਦਾ ਆਮ ਤੌਰ 'ਤੇ, ਉਹ 34 ਸਾਲ ਬਾਅਦ 2020 ਦੇ ਵਿੱਚ ਇੱਕ ਰਿਵਾਈਜ਼ਡ ਫਰੇਮਵਰਕ ਦੇ ਵਿੱਚ, ਜਿਹੜੀ ਕੇਂਦਰ ਦੀ NDA ਸਰਕਾਰ ਹੈ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਭਾਰਤੀ ਜਨਤਾ ਪਾਰਟੀ ਸਰਕਾਰ, ਨਰਿੰਦਰ ਮੋਦੀ ਜਿਸਦਾ ਦੇਸ਼ ਪ੍ਰਧਾਨ ਮੰਤਰੀ ਹਨ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਡਾ ਕੇਂਦਰ ਦੀ ਜਿਹੜੀ ਸਿੱਖਿਆ ਮੰਤਰਾਲਿਆ ਹੈ ਉਸ ਦੇ ਦੁਆਰਾ ਜਿਹੜੀ ਹੈ ਇਹ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ, NEP 2020। ਨਵੀਂ ਸਿੱਖਿਆ ਨੀਤੀ ਜਿਹੜੀ ਲਿਆਉਣ ਦੇ ਪਿੱਛੇ ਬਹੁਤ ਸਾਰੇ ਕਾਰਨ ਸਨ, ਇਹ ਕਾਰਨ ਕੀ ਹਨ ਅਤੇ ਉਹਨਾਂ ਕਾਰਨਾਂ ਨੂੰ ਡਿਸਕਸ ਕਰਨਾ ਬੜਾ ਜ਼ਰੂਰੀ ਹੈ ਕਿ 34 ਸਾਲ ਬਾਅਦ ਇਸ ਨੂੰ ਰਿਵਾਈਜ਼ ਕੀਤਾ ਗਿਆ, 34 ਈਅਰਸ ਬਾਅਦ ਜਿਹੜੀ ਹੈ ਹੇਠਲੀ ਜਿਹੜੀ ਸਿੱਖਿਆ ਹੈ ਹਾਇਰ ਐਜੂਕੇਸ਼ਨ ਤੱਕ ਅਤੇ ਜਿਹੜੀ ਉਚੇਰੀ ਸਿੱਖਿਆ ਹੈ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲਾਅ ਨੇ ਸਮੇਂ ਦੇ ਮੁਤਾਬਕ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਫੁੱਲ ਫਲੈਜਡ ਇੱਕ ਡਰਾਫਟ ਹੈ NEP 2020 ਦਾ ਜਿਹਨੇ ਲਾਗੂ ਹੋਇਆ ਜਿਹੜਾ, ਔਰ ਕਈ ਸਟੇਟਾਂ ਦੇ ਵਿੱਚ ਲਾਗੂ ਹੋ ਚੁੱਕਿਆ ਹੈ ਅਤੇ ਹੁਣ ਜਿਹੜਾ ਇੱਕ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਲਟੀਮੇਟਮ ਜਿਹੜਾ ਦਿੱਤਾ ਗਿਆ ਹੈ ਰਾਜਾਂ ਦੀਆਂ ਸਰਕਾਰਾਂ ਨੂੰ, ਕਿਉਂਕਿ ਸਿੱਖਿਆ ਜਿਹੜਾ ਹੈ ਉਹ ਰਾਜ ਸਰਕਾਰ ਦਾ ਖੇਤਰ ਦੇ ਵਿੱਚ ਆਉਂਦਾ ਹੈ ਸਿੱਖਿਆ ਦਾ ਮਹਿਕਮਾ, ਉਹ ਕਿਹਾ ਗਿਆ ਹੈ ਕਿ ਜਿਹੜੀ NEP 2020 ਹੈ ਉਸ ਨੂੰ ਸੈਸ਼ਨ 2023-24 ਤੋਂ ਪੂਰਨ ਤੌਰ 'ਤੇ ਹਰ ਇੱਕ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਉਹਨੂੰ ਲਾਗੂ ਕਰ ਦਿੱਤਾ ਜਾਵੇ, ਜਿਸ ਦੇ ਤਹਿਤ ਵੱਖੋ ਵੱਖਰੇ ਜਿਹੜੇ ਮੈਂ ਕਿਹਾ ਪਹਿਲਾਂ ਕੁਛ ਸਟੇਟਾਂ ਦੇ ਵਿੱਚ ਲਾਗੂ ਹੋਇਆ ਹੈ, ਦੋ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ, ਕੁਛ ਸਟੇਟਾਂ ਦੇ ਵਿੱਚ ਜਿਹੜਾ ਹੁਣ ਉਹ ਇਨੀਸ਼ੀਏਟਿਵ ਲਏ ਜਾਣ ਲੱਗ ਗਏ ਹਨ, ਖਾਸ ਤੌਰ 'ਤੇ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਕਿ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਹੁਣ ਉੱਤੇ ਵਰਕਅਪ ਆਨ ਕਰਨ ਲੱਗ ਗਈਆਂ, ਉਹਨਾਂ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ ਬਹੁਤ ਸਮੇਂ ਤੋਂ ਕਿ ਕਿਸ ਤਰ੍ਹਾਂ ਦੀ ਇੰਪਲੀਮੈਂਟੇਸ਼ਨ ਕਰਨੀ ਹੈ। ਪਰ ਹੁਣ ਜਿਹੜਾ ਜਿਵੇਂ ਜਿਸ ਤਰ੍ਹਾਂ ਤੁਸੀਂ ਅੱਜ ਮੁੱਦਾ ਉਠਾਇਆ ਹੈ ਕਿ ਨਵੀਂ ਜਿਹੜੀ ਸਿੱਖਿਆ ਨੀਤੀ ਹੈ NEP 2020 ਹੈ, ਉਹਦੇ ਦੋ ਆਸਪੈਕਟ ਨੇ ਬੜੇ ਇੰਪੋਰਟੈਂਟ ਜਿਹੜੇ ਡਿਸਕਸ ਕਰਨ ਵਾਲੇ। ਪਹਿਲਾ, ਇਹ ਨਵੀਂ ਸਿੱਖਿਆ ਨੀਤੀ ਕਿਉਂ ਹੋਂਦ ਚਾਹੀ, ਉਹ ਕਾਰਨ ਕੀ ਸਨ, ਉਹ ਪਿੱਛੇ ਉਹੋ ਜਿਹੀਆਂ ਕਿਹੜੀਆਂ ਕਮੀਆਂ ਰਹਿ ਗਈਆਂ ਜਿਹੜੀਆਂ ਇਸ ਦੇ ਵਿੱਚ ਰਿਵਾਈਜ਼ ਕਰਨੀਆਂ ਪੈ ਗਈਆਂ, ਸਮੇਂ ਦੇ ਮੁਤਾਬਕ ਇਸ ਨੂੰ ਚਲਾਉਣਾ ਪੈ ਗਿਆ। ਦੂਸਰਾ ਜਿਹੜਾ ਹੈਗਾ ਕਿ ਜਦੋਂ ਇਹ ਲਾਗੂ ਹੋਣੀ ਹੈ ਉਸ ਦੇ ਸਾਹਮਣੇ ਕਿਹੜੇ ਕਿਹੜੇ ਚੈਲੇਂਜਸ ਜਿਹੜੇ ਚੁਣੌਤੀਆਂ ਹੋਣਗੀਆਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਵਿੱਚ, ਇਹ ਜਾਣਨਾ ਬੜਾ ਜ਼ਰੂਰੀ ਹੈ। ਅਤੇ ਕਿਉਂਕਿ ਨਵੀਂ ਸਿੱਖਿਆ ਨੀਤੀ ਦਾ ਬਹੁਤ ਜਿਹੜਾ ਇੱਕ ਡਰਾਫਟ ਜਿਹੜਾ ਬਹੁਤ ਵੱਡਾ ਡਰਾਫਟ ਹੈ, ਉਸ ਦੇ ਵਿੱਚੋਂ ਕ੍ਰਕਸ ਜਿਹੜੇ ਕੱਢ ਕੇ ਉਸ ਦੇ ਵਿੱਚੋਂ ਜਿਹੜੇ ਮੌਕੇ ਨਿਕਲਣਗੇ, ਅਪਰਚੁਨਿਟੀਜ਼ ਨਿਕਲਣਗੀਆਂ, ਕਿਉਂਕਿ ਸਿੱਖਿਆ ਇੱਕ ਅਜਿਹਾ ਟੂਲ ਹੈ, ਇੱਕ ਅਜਿਹਾ ਮਾਧਿਅਮ ਹੈ ਜਿਸ ਨੇ ਅਨਇੰਪਲਾਇਮੈਂਟ ਨੂੰ ਵੀ ਦੂਰ ਕਰਨਾ ਹੁੰਦਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਐਜੂਕੇਟਡ ਪਰਸਨ ਜਿਹੜੇ ਨੇ ਉਹ ਸੋਸਾਇਟੀ ਦੀਆਂ ਹੱਲ ਕਰਨੀਆਂ ਹੁੰਦੀਆਂ ਨੇ, ਉਹ ਜਿਹੜੇ ਮੌਕੇ ਨੇ ਅਥਾਹ ਮੌਕੇ ਕਿਹੜੇ ਹਨ ਨਵੀਂ ਸਿੱਖਿਆ ਨੀਤੀ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇੱਕ ਮੈਂ ਸਮਝਦਾ ਕਿ ਇੱਕ ਲੇਮੈਨ ਦੇ ਤੌਰ 'ਤੇ ਇੱਕ ਸਧਾਰਨ ਬੰਦੇ ਨੂੰ ਉਹਦੀ ਸਮਝ ਆ ਸਕੇ, ਉਹ ਡਿਸਕਸ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਅੱਜ ਯੂਨੀਵਰਸਿਟੀਆਂ ਦੇ ਵਿੱਚ ਵੀ, ਕਾਲਜਾਂ ਦੇ ਵਿੱਚ ਵੀ, ਜਿਹੜੇ ਸਕੂਲਾਂ ਦੇ ਵਿੱਚ ਵੀ, ਕਿਉਂਕਿ ਚਰਲੀ ਅਰਲੀ ਚਾਈਲਡਹੁੱਡ ਤੋਂ ਸਟਾਰਟ ਹੋਣੀ ਹੈ ਐਜੂਕੇਸ਼ਨ ਪੋਲਿਸੀ ਜਿਹੜੀ ਹੈਗੀ ਹੈ, ਹਾਇਰ ਐਜੂਕੇਸ਼ਨ ਤੱਕ ਜਾਣੀ ਹੈ, ਤੋ ਸਾਰੇ ਉਹਨਾਂ ਅਧਿਆਪਕ ਜਿਹੜੇ ਸਕੂਲੀ ਪੱਧਰ 'ਤੇ ਹਨ, ਹੇਠਲੇ ਪੱਧਰ 'ਤੇ ਪੜ੍ਹਾਉਂਦੇ ਹਨ, ਫਿਰ ਮਿਡਲ ਏਜ 'ਤੇ ਪੜ੍ਹਾਉਂਦੇ ਨੇ, ਹਾਇਰ ਸੈਕੰਡਰੀ 'ਤੇ ਪੜ੍ਹਾਉਂਦੇ ਨੇ, ਕਾਲਜਾਂ 'ਤੇ, ਫਿਰ ਹਾਇਰ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੜ੍ਹਾਉਂਦੇ ਨੇ, ਉਹ ਸਾਰਿਆਂ ਦੇ ਹੀ ਇਹ ਇੱਕ ਕੋਮਨ ਸਬਜੈਕਟ ਆ, ਔਰ ਸਾਰੇ ਇਸ ਨੂੰ ਪੜ੍ਹਦੇ ਨੇ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਆਪਣੇ ਆਪਣੇ ਹਿਸਾਬ ਦੇ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਮੈਂ ਵੀ ਤੁਹਾਡੇ ਨਾਲ ਜਿਹੜੇ ਵਿਚਾਰ ਰੱਖਾਂਗਾ ਆਪਣੀ ਸਮਝ ਦੇ ਮੁਤਾਬਕ, ਜੋ ਉਸ ਡਰਾਫਟ ਨੂੰ ਮੈਂ ਪੜ੍ਹਿਆ, ਉਸ ਪੋਲਿਸੀ ਦੀ ਇੰਪਲੀਮੈਂਟੇਸ਼ਨ ਨੂੰ ਕਿਸ ਤਰ੍ਹਾਂ ਹੋਣੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਚੈਲੇਂਜਸ ਆ ਸਕਦੇ ਨੇ, ਕਿਹੜੀਆਂ ਕਿਹੜੀਆਂ ਉਸਦੇ ਵਿੱਚ ਮੌਕੇ ਆਉਣਗੇ, ਉਹ ਸਾਰੇ ਆਪਾਂ ਜਿਹੜੀ ਹੈਗੀ ਆ ਉਹ ਡਿਸਕਸ ਕਰਨ ਦੀ ਵਨ ਬਾਈ ਵਨ ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਹਾਂ।
ਤੇ ਸਰ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈ ਇਹਦੀਆਂ ਚੁਣੌਤੀਆਂ ਕਿਹੜੀਆਂ ਕਿਹੜੀਆਂ ਨੇ ਕਿ ਕਿਸ ਤਰ੍ਹਾਂ ਮਤਲਬ ਕੀ ਚੈਲੇਂਜਸ ਜਿਹੜੇ ਨੇ ਉਹਨੂੰ ਫੇਸ ਕਰਨੇ ਪੈ ਸਕਦੇ ਨੇ? ਹਾਂਜੀ, ਇਸ ਤੋਂ ਪਹਿਲਾਂ ਮੈਂ ਜਿਹੜਾ ਤੁਸੀਂ ਮੈਂ ਚੁਣੌਤੀਆਂ ਦੀ ਜਿਹੜੀ ਗੱਲ ਕਰਾਂ, ਕਿਉਂਕਿ ਆਮ ਤੌਰ 'ਤੇ ਜਿਹੜਾ ਸਾਡਾ ਅਧਿਆਪਕ ਵਰਗ ਹੈ ਔਰ ਖਾਸ ਤੌਰ 'ਤੇ ਹਾਇਰ ਐਜੂਕੇਸ਼ਨ, ਕਿਉਂਕਿ ਅਸੀਂ ਜਿਹੜੇ ਲੋਕ ਹਾਂ ਅਸੀਂ ਹਾਇਰ ਐਜੂਕੇਸ਼ਨ ਨਾਲ ਸੰਬੰਧ ਰੱਖਦੇ ਹਾਂ, ਸਾਨੂੰ ਪਹਿਲਾਂ ਇੱਕ ਫੋਬੀਆ ਜਿਹੜਾ ਹੈਗਾ ਨਵੀਂ ਸਿੱਖਿਆ ਨੀਤੀ ਦੇ ਬਾਰੇ ਦੇ ਵਿੱਚ ਕਿ ਹੈ ਕੀ ਬੇਸਿਕਲੀ ਚੁਣੌਤੀ, ਸਮਝਣ ਤੋਂ ਪਹਿਲਾਂ ਕਿ ਚੁਣੌਤੀਆਂ ਕਿਹੜੀਆਂ ਨੇ, ਉਹ ਬੇਸਿਕਲੀ ਉਹ ਹੈ ਕੀ ਅਤੇ ਉਹਦਾ ਓਬਜੈਕਟਿਵ ਕੀ ਹੈ ਬੇਸਿਕਲੀ, ਇਹ ਸਾਨੂੰ ਸਮਝ ਲੈਣਾ ਚਾਹੀਦਾ। ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝ ਲੈਣਾ ਚਾਹੀਦਾ। ਇਹ ਕੋਈ ਇਹ ਨਹੀਂ ਹੈ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ, ਬਹੁਤ ਸਾਰੇ ਕਾਲਜਿਸ ਦੇ ਵਿੱਚ ਅਕਰੋਸ ਇੰਡੀਆ ਬੜੇ ਵੈਬੀਨਾਰ, ਬੜੇ ਸੈਮੀਨਾਰ ਜਿਹੜੇ ਨੇ ਉਹ ਹੋਏ ਨੇ, ਲੋਕ ਨੇ ਜਿਹੜੇ ਉਹਨੂੰ ਪੜ੍ਹਦੇ ਨੇ, ਅਖਬਾਰਾਂ ਦੇ ਵਿੱਚ ਬੜੇ ਵੱਡੇ ਆਰਟੀਕਲਸ ਜਿਹੜੇ ਨੇ ਵੱਖੋ ਵੱਖਰੇ ਵਿਦਵਾਨ ਅਧਿਆਪਕਾਂ ਦੇ ਉਹ ਆਉਂਦੇ ਹਨ, ਵੱਖੋ ਵੱਖਰੇ ਸਮੇਂ 'ਤੇ ਟਾਕਸ ਜਿਹੜੀਆਂ ਨੇ NEP ਦੇ ਉੱਪਰ ਉਹ ਹੋਈਆਂ ਨੇ, ਕਿ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਭ ਤੋਂ ਪਹਿਲਾਂ ਨਵੀਂ ਸਿੱਖਿਆ ਨੀਤੀ ਅਸਲ ਦੇ ਵਿੱਚ ਹੈ ਕੀ। 2020 ਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਆ ਉਹਦੀਆਂ ਜਿਹੜੀਆਂ ਦੋ ਚਾਰ ਗੱਲਾਂ ਮੈਂ ਮੋਟੀਆਂ ਮੋਟੀਆਂ, ਕਿਉਂਕਿ ਆਮ ਤੌਰ 'ਤੇ ਮੇਰੇ ਨਾਲ ਵੀ ਜਦੋਂ ਅਧਿਆਪਕ ਸਾਹਿਬਾਨਾਂ ਦੀ ਗੱਲਬਾਤ ਹੁੰਦੀ ਆ ਉਹ ਇਹੀ ਕਹਿੰਦੇ ਨੇ ਕਿ ਇਹ ਬੜਾ ਵੱਡਾ ਡਰਾਫਟ ਪੋਲਿਸੀ ਹੈਗਾ, ਇਸ ਨੂੰ ਕਿਵੇਂ ਸਮਝੀਏ, ਇਹ ਕਿੰਨਾ ਕੰਪਲੀਕੇਟਡ ਸਿਸਟਮ ਹੋਏਗਾ, ਇਹ ਕਿਹੋ ਜਿਹਾ ਹੋਏਗਾ, ਕਿਵੇਂ ਲਾਗੂ ਹੋਏਗਾ, ਕਿਸ ਤਰ੍ਹਾਂ ਦੇ ਚੈਲੇਂਜਸ ਹੋਣਗੇ, ਕੀ ਹੈ ਅਸਲ 'ਚ ਬੇਸਿਕਲੀ ਇੱਕ ਮਤਲਬ ਹਊਆ ਜਾਂ ਜਿਹਨੂੰ ਆਪਾਂ ਕਹੀਏ ਇੱਕ ਫੋਬੀਆ ਜਿਹੜਾ ਬਣਿਆ ਹੋਇਆ ਹੈ, ਆਪਾਂ ਪਹਿਲਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਬੇਸਿਕਲੀ ਨਵੀਂ ਸਿੱਖਿਆ ਨੀਤੀ ਦੇ ਪਿੱਛੇ ਉਹਦਾ ਓਬਜੈਕਟਿਵ ਕੀ ਹੈ, ਵਿਜ਼ਨ ਕੀ ਹੈ, ਸਰਕਾਰ ਕੀ ਚਾਹੁੰਦੀ ਹੈ, ਸਰਕਾਰ ਦਾ ਜਿਹੜਾ ਹੈਗਾ ਇਸ ਦੇ ਤਹਿਤ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਪ੍ਰਾਪਤੀ ਚਾਹੁੰਦੀ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਜਿਹੜੀ NEP 2020 ਉਹਦੇ ਵਿੱਚ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਓਬਜੈਕਟਿਵ ਜਿਹੜਾ ਇਹਦਾ ਸਭ ਤੋਂ ਪਹਿਲਾਂ ਜੇ ਆਪਾਂ ਸਮਝੀਏ ਇਸ ਨੂੰ ਉਹ ਹੈ ਐਜੂਕੇਸ਼ਨ ਦੀ ਅਸੈਸੀਬਿਲਿਟੀ ਫੋਰ ਆਲ, ਉਹਨੂੰ ਅਸੀਂ ਅਸੈਸੀਬਿਲਿਟੀ ਕਹਿੰਦੇ ਹਾਂ। ਹੁਣ ਤੱਕ ਆਪਾਂ ਦੇਖੀਏ ਜੀ ਜਿਹੜੀਆਂ ਹੁਣ ਤੱਕ ਦੀਆਂ ਸਿੱਖਿਆ ਨੀਤੀਆਂ ਬਣੀਆਂ ਉਹਦੇ ਵਿੱਚ ਭਾਵੇਂ ਕਿ ਭਾਰਤ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਔਰ ਜਿਹੜੀ ਪਹਿਲੀ ਸਿੱਖਿਆ ਨੀਤੀ 1968 ਦੇ ਵਿੱਚ ਆਈ, ਦੂਜੀ ਸਿੱਖਿਆ ਨੀਤੀ 1986 ਦੇ ਵਿੱਚ ਆਈ, ਹੁਣ ਤੱਕ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਉਸ ਤਰੀਕੇ ਦੇ ਨਾਲ ਸਪਰੈਡ ਨਹੀਂ ਹੋ ਸਕੀ, ਖਾਸ ਤੌਰ 'ਤੇ ਹਾਇਰ ਐਜੂਕੇਸ਼ਨ, ਉਹ ਹਰ ਇੱਕ ਤੱਕ ਉਹਦੀ ਪਹੁੰਚ ਜਿਹੜੀ ਹੈਗੀ, ਅਸੈਸੀਬਿਲਿਟੀ ਜਿਹੜੀ ਹੈਗੀ ਆ ਉਹ ਨਹੀਂ ਹੋਈ। ਤਾਂ ਭਾਰਤ ਸਰਕਾਰ ਨੇ ਇਸ ਨਿਊ ਐਜੂਕੇਸ਼ਨ ਪੋਲਿਸੀ 2020 ਜਿਹੜੀ NEP 2020 ਉਸ ਦੇ ਜ਼ਰੀਏ ਇੱਕ ਗੋਲ ਸੈੱਟ ਕਰ ਦਿੱਤਾ ਹੈ ਕਿ ਐਟਲੀਸਟ ਹਾਇਰ ਐਜੂਕੇਸ਼ਨ ਦੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਈਅਰ ਮਾਰਕ ਕਰ ਦਿੱਤਾ ਗਿਆ ਕਿ 2035 ਤੱਕ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਦੀ GER ਹੈ, ਜਿਹਨੂੰ ਅਸੀਂ ਗਰੋਸ ਇਨਰੋਲਮੈਂਟ ਰੇਸ਼ੋ ਕਹਿੰਦੇ ਹਾਂ, ਉਹ 50% ਤੱਕ ਚਲੀ ਜਾਵੇ। ਇੱਥੇ ਮੈਂ ਥੋੜ੍ਹਾ ਜਿਹਾ ਅਗਰ ਦੱਸਾਂ ਤੁਹਾਨੂੰ ਕਿ 2019 ਦੇ ਵਿੱਚ ਇਹ 25% ਹੈ ਅਤੇ 25% ਤੋਂ 25-26% ਤੋਂ 50% ਤੱਕ ਹਾਇਰ ਐਜੂਕੇਸ਼ਨ ਨੂੰ ਲਿਜਾਣਾ ਇਹ ਮੇਨ ਮਕਸਦ ਹੈ। ਉਹਦੇ ਲਈ ਮਈਅਰਸ ਕਿਹੜੇ ਲਏ ਜਾਣ, ਚਾਹੇ ਉਹ ਔਨਲਾਈਨ ਮਈਅਰ ਹੋਵੇ, ਉਹ ਆਫਲਾਈਨ ਮਈਅਰਸ ਹੋਵੇ, ਉਹ ਬਲੈਂਡਡ ਮੋਡ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ, ਕਿ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਉਹਨੂੰ ਅਸੈਸੀਬਿਲਿਟੀ ਦੇਣੀ ਹੈ ਹਰ ਇੱਕ ਤੱਕ ਜਿਹੜੀ ਹੈਗੀ ਹੈ, ਐਟਲੀਸਟ 2035 ਤੱਕ 50% ਲੋਕਾਂ ਨੂੰ ਹਾਇਰ ਐਜੂਕੇਸ਼ਨ ਜਿਹੜੀ ਹੈ ਉਹ ਦੇਣੀ, ਇਹਦਾ ਇੱਕ ਮੇਨ ਮਕਸਦ ਇਹ ਹੈ। ਦੂਸਰੀ ਜਿਹੜੀ ਨਵੀਂ ਸਿੱਖਿਆ ਨੀਤੀ ਆ ਉਹਦੇ ਵਿੱਚ ਗੱਲ ਆਉਂਦੀ ਹੈ, ਉਹ ਆਉਂਦੀ ਹੈ ਅਸੈਸੀਬਿਲਿਟੀ ਦੇ ਨਾਲ ਨਾਲ ਕਿ ਅਸਲ ਦੇ ਵਿੱਚ ਜਿਹੜੀ ਸਿੱਖਿਆ ਹੈ ਉਹ ਗ੍ਰਹਿਣ ਕਰਨ ਤੋਂ ਬਾਅਦ ਉਹਦੇ ਫਾਇਦੇ ਕਿੰਨੇ ਹੋਣ, ਉਹ ਆਉਂਦੀ ਹੈ ਸਕਿੱਲਡ ਬੇਸਡ ਐਜੂਕੇਸ਼ਨ, ਉਹਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਬੇਸਿਕਲੀ ਇਹ ਜਿਹੜਾ ਪੋਲਿਸੀ ਡਰਾਫਟ ਹੈ ਇਹ ਇੱਕ ਫੋਰਨ ਦਾ ਜਿਹੜਾ ਆਪਾਂ ਕਹੀਏ ਮਾਡਲ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਸਰਕਾਰ ਦੇ ਦੁਆਰਾ NEP 2020 ਦੇ ਵਿੱਚ, ਕਿ ਸਿੱਖਿਆ ਇਸ ਤਰੀਕੇ ਨਾਲ ਦਿੱਤੀ ਜਾਵੇ ਕਿ ਬੰਦਾ ਸਿੱਖਿਅਕ ਵੀ ਹੋ ਜਾਵੇ ਅਤੇ ਨਾਲ ਦੀ ਨਾਲ ਉਹਦੇ 'ਚ ਸਕਿੱਲਸ ਜਿਹੜੀਆਂ ਨੇ ਉਹ ਆ ਜਾਣ ਕਿ ਉਹ ਕਮਾਈ ਕਰਨ ਦੇ ਯੋਗ ਵੀ ਹੋ ਜਾਵੇ।
ਵਿੱਦਿਆ ਦਾ ਦੁਤਰਫਾ ਜਿਹੜਾ ਹੈਗਾ ਉਹ 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 ਫਾਇਦਾ ਹੋਵੇ। ਇੱਕ ਬੰਦੇ ਨੂੰ ਗਿਆਨਵਾਨ ਹੋਣਾ ਅਤੇ ਬੰਦੇ ਨੂੰ ਸਕਿੱਲਡ ਕਰਕੇ ਉਸ ਨੂੰ ਰੁਜ਼ਗਾਰ ਦੇ ਮੌਕੇ ਤਲਾਸ਼ਣ ਦੇ ਲਈ ਪ੍ਰਮੋਟ ਕਰਨਾ ਅਤੇ ਉਹਨੂੰ ਰੁਜ਼ਗਾਰ ਮੁਹੱਈਆ ਕਰਾਉਣਾ, ਇਹ ਸਿੱਖਿਆ ਜਿਹੜੀ ਨਵੀਂ ਸਿੱਖਿਆ ਨੀਤੀ ਦਾ ਮੇਨ ਜਿਹੜਾ ਮਕਸਦ ਉਹ ਇਹ ਹੈ। ਅਤੇ ਇਸ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਸਰਕਾਰ ਜਿਹੜੀ ਉਹਨੇ ਕੀ ਰੋਡ ਮੈਪ ਤਿਆਰ ਕੀਤਾ, ਕਿਸ ਤਰ੍ਹਾਂ ਇੰਪਲੀਮੈਂਟ ਕਰੇਗੀ ਸਰਕਾਰ? ਹਾਂ ਦੇਖੋ, ਇਹਦੇ ਵਿੱਚ ਗੱਲ ਇਹ ਹੈਗੀ ਆ ਕਿ ਸਰਕਾਰ ਨੇ ਇੱਕ ਜਿਹੜਾ ਡਰਾਫਟ ਆਪਣਾ ਬਣਾ ਲਿਆ ਹੈ NEP 2020 ਦਾ, 2020 ਤੋਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਕਿ ਉਹਨੂੰ ਪਬਲਿਕ ਵੀ ਕੀਤਾ ਗਿਆ, ਪਬਲਿਕ ਡੋਮੇਨ ਦੇ ਵਿੱਚ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਬਹੁਤ ਸਾਰੇ ਚੈਲੇਂਜਸ ਸੀਗੇ ਉਹਦੇ ਲਈ ਸਲਾਹਾਂ ਜਿਹੜੀਆਂ ਨੇ ਉਹ ਓਪਨਲੀ ਔਨਲਾਈਨ ਬਹੁਤ ਤਰ੍ਹਾਂ ਦੇ ਮੋਡ ਦੇ ਉੱਪਰ ਮੰਗੀਆਂ ਗਈਆਂ ਕਿ ਤੁਸੀਂ ਇਹਦੇ ਵਿੱਚ ਕਿਹੜੇ ਕਿਹੜੇ ਹੋਰ ਸੁਧਾਰ ਚਾਹੁੰਦੇ ਹੋ। ਅਲਟੀਮੇਟਲੀ ਉਹ ਜਿਹੜੀ ਪਾਲਿਸੀ ਇੱਕ ਉਹਨੂੰ ਡਰਾਫਟ ਕਰ ਲਿਆ ਗਿਆ ਅਤੇ ਡਰਾਫਟ ਕਰਨ ਤੋਂ ਬਾਅਦ ਉਹ ਪਾਲਿਸੀ ਨੂੰ ਹੁਣ ਜਿਹੜਾ ਹੈ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਔਰ ਕਰਨਾਟਕਾ ਸਟੇਟ ਜਿਹੜਾ ਹੈ ਉਹ ਸਭ ਤੋਂ ਪਹਿਲਾ ਸਟੇਟ ਹੈ ਜਿੱਥੇ 2 ਸਾਲ ਪਹਿਲਾਂ, ਇਹ ਤੀਸਰਾ ਸਾਲ ਹੈ ਜਿੱਥੇ ਨਵੀਂ ਸਿੱਖਿਆ ਨੀਤੀ ਜਿਹੜੀ ਹੈਗੀ ਆ ਉਹਨਾਂ ਨੇ ਅਪਣਾ ਲਈ ਹੈ, ਅਤੇ ਅਦਰ ਸਟੇਟ ਜਿਹੜੇ ਨੇ ਉਹ ਹੁਣ ਉਸ ਨੂੰ ਕਿਹਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ 2023-24 ਦਾ ਸੈਸ਼ਨ ਜਿਹੜਾ ਉਸ ਨੂੰ ਅਲਟੀਮੇਟਮ ਦੇ ਤੌਰ 'ਤੇ ਮੰਨਿਆ ਜਾ ਰਿਹਾ ਕਿ ਇਸ ਵਾਰ ਜਿਸ ਤਰ੍ਹਾਂ ਮਰਜ਼ੀ ਕਰਕੇ ਤੁਸੀਂ ਨਵੀਂ ਸਿੱਖਿਆ ਨੀਤੀ ਨੂੰ ਜਿਹੜਾ ਹੈਗਾ ਉਹ ਲਾਗੂ ਕਰੋ, ਤਾਂ ਕਿ ਜੇ ਲਾਗੂ ਹੋਏਗੀ ਤਾਂ ਹੀ ਅਸੀਂ ਉਹ ਜਿਹੜਾ ਓਬਜੈਕਟਿਵ ਜਾਂ ਗੋਲ ਜਿਸ ਨੂੰ ਲੈ ਕੇ ਅਸੀਂ 2035 ਵਾਲਾ ਉਹ ਤਾਂ ਪ੍ਰਾਪਤ ਕਰ ਸਕਾਂਗੇ ਜੇਕਰ ਉਹਦੀ ਸ਼ੁਰੂਆਤ ਕਰ ਸਕਾਂਗੇ। ਪਹਿਲਾਂ ਤਾਂ ਸ਼ੁਰੂਆਤ ਕਰਨ ਦੀ ਗੱਲ ਹੈ, ਹੁਣ ਸ਼ੁਰੂ ਹੋਏਗੀ ਫਿਰ ਉਹਦੇ ਰਿਜ਼ਲਟਸ ਆਉਣਗੇ, ਉਹ ਰਿਜ਼ਲਟਸ ਕਿਸ ਤਰ੍ਹਾਂ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਾਂ, ਫਿਰ ਉਹ ਸਾਰੇ ਚੈਲੇਂਜਸ ਸਾਡੇ ਸਾਹਮਣੇ ਆਉਣਗੇ। ਜਿਵੇਂ ਜਿਵੇਂ ਦੀ ਇੰਪਲੀਮੈਂਟੇਸ਼ਨ ਹੋਈ ਜਾਏਗੀ ਤਾਂ ਜਿਹੜੇ ਚੈਲੇਂਜਸ ਨੇ ਉਹ ਕਾਲਜਾਂ ਦੇ, ਸਕੂਲਾਂ ਦੇ, ਯੂਨੀਵਰਸਿਟੀਆਂ ਦੇ ਸਾਹਮਣੇ ਜਿਹੜੇ ਨੇ ਉਹ ਆਉਂਦੇ ਜਾਣਗੇ, ਅਤੇ ਉਹਨਾਂ ਚੈਲੇਂਜਸ ਨੂੰ ਦੇਖ ਕੇ ਉਹਨਾਂ ਨੂੰ ਕਿਵੇਂ ਸੋਰਟ ਆਊਟ ਕਰਨਾ ਹੈ, ਕਿਉਂਕਿ ਇੱਕ ਡਰਾਫਟ ਹੈ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੈ, ਦੈਨ ਇੰਪਲੀਮੈਂਟ ਹੋਣੀ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੰਪਲੀਮੈਂਟੇਸ਼ਨ 'ਤੇ ਖੜੀਆਂ ਨੇ, ਅਤੇ ਉਸ ਦੇ ਬਾਰੇ 'ਚ ਚਰਚਾਵਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਗੁਰੂ ਨਾਨਕ ਦੇਵ ਪੰਜਾਬ ਦੀ ਆਪਾਂ ਗੱਲ ਕਰੀਏ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿ ਕਮੇਟੀ ਬਣੀ ਹੋਈ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਕਾਲਜਾਂ ਦੇ ਵਿੱਚ ਅਤੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਹੈ ਉਹ ਨਵੀਂ ਸਿੱਖਿਆ ਨੀਤੀ ਦਾ ਪਹਿਲੂ ਅਸੀਂ ਲਾਗੂ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਕਮੇਟੀ ਬਣੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਐਫੀਲੀਏਟਿੰਗ ਕਾਲਜਿਸ ਜਿਹੜੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਉਸ ਨੂੰ ਲਿਆਈਏ, ਕਿਉਂਕਿ ਇੱਕ ਓਲਡ ਜਿਹੜਾ ਪੁਰਾਣਾ ਢਾਂਚਾ ਜਿਹੜਾ ਉਹ ਪੂਰਨ ਤੌਰ 'ਤੇ ਇੱਕ ਰੀਸਟਰਕਚਰ ਦੇ ਤੌਰ 'ਤੇ ਹੋ ਰਿਹਾ ਹੈ। 34 ਸਾਲ ਬਾਅਦ ਇੱਕ ਨਵੀਂ ਜਿਹੜੀ ਤਰ੍ਹਾਂ ਦੀ ਸਿੱਖਿਆ ਨੀਤੀ ਜਿਹੜੀ ਹੈ ਉਹ ਅਲੱਗ ਤਰ੍ਹਾਂ ਦੀ ਸਿੱਖਿਆ ਨੀਤੀ ਜਿਹੜੀ ਆ ਉਹ ਆ ਰਹੀ ਆ, ਔਰ ਉਸ ਨੂੰ ਜਿਹੜਾ ਲਾਗੂ ਕਰਨਾ ਹੈ ਉਹ ਸਰਕਾਰ ਨੇ ਲਾਗੂ ਕਰਨਾ ਹੈ, ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਉਹ ਕਾਲਜ ਲੈਵਲ 'ਤੇ, ਯੂਨੀਵਰਸਿਟੀ ਲੈਵਲ 'ਤੇ। ਜੇ ਮੈਂ ਹਾਇਰ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਉਹ ਬਾਏ ਦਾ ਪ੍ਰਿੰਸੀਪਲ ਆਫ ਦਾ ਕਾਲਜ, ਹੈੱਡ ਆਫ ਦਾ ਇੰਸਟੀਟਿਊਸ਼ਨ, ਔਰ ਬਾਏ ਦਾ ਵਾਈਸ ਚਾਂਸਲਰ ਆਫ ਦਾ ਯੂਨੀਵਰਸਿਟੀ ਐਂਡ ਬਾਏ ਦਾ ਫੈਕਲਟੀ ਮੈਂਬਰ, ਜਿਹੜੇ ਉੱਥੇ ਅਧਿਆਪਕ ਵਰਗ ਹੈ ਉਸ ਨੇ ਉਸ ਨੂੰ ਲਾਗੂ ਕਰਨਾ ਹੈ, ਅਤੇ ਉਹ ਵਿਦਿਆਰਥੀਆਂ 'ਤੇ ਲਾਗੂ ਹੋਣੀ ਹੈ। ਜਦੋਂ ਤੱਕ ਇਹ ਜਿਹੜੇ ਸਾਡੇ ਸਟੇਕ ਹੋਲਡਰਸ ਨੇ, ਖਾਸ ਤੌਰ 'ਤੇ ਜਿਹੜੀ ਸਾਡੀ ਲੀਡਰਸ਼ਿਪ ਉੱਪਰਲੀ ਹੈ, ਵਾਈਸ ਚਾਂਸਲਰ ਸਾਹਿਬ ਹਨ ਯੂਨੀਵਰਸਿਟੀਆਂ ਦੇ, ਪ੍ਰਿੰਸੀਪਲਸ ਆਫ ਦਾ ਕਾਲਜਿਸ ਨੇ, ਔਰ ਜਿਹੜੀ ਸਟੂਡੈਂਟਸ ਨੇ ਖਾਸ ਤੌਰ 'ਤੇ, ਮੈਂ ਵਿਦਿਆਰਥੀਆਂ ਦੇ ਲਈ ਬਹੁਤ ਇੰਪੋਰਟੈਂਟ ਗੱਲ ਮੰਨਦਾ, ਵਿਦਿਆਰਥੀ ਨੂੰ ਵੀ ਇਸ ਚੀਜ਼ ਦਾ ਸਾਰੀ ਦਾ ਪਤਾ ਹੋਣਾ ਚਾਹੀਦਾ ਕਿ ਨਵੀਂ ਸਿੱਖਿਆ ਨੀਤੀ ਦੇ ਵਿੱਚ ਸਾਡੇ ਲਈ ਕਿਹੋ ਜਿਹੇ ਮੌਕੇ ਆ ਰਹੇ ਨੇ। ਇਹ ਕਹੂਗਾ ਨਹੀਂ ਹੈ, ਇਹ ਕੋਈ ਡਰ ਨਹੀਂ ਹੈ, ਬਹੁਤ ਸਾਰੇ ਇਹੋ ਜਿਹੇ ਨਵੇਂ ਮੌਕੇ ਜਿਹੜੇ ਨੇ ਉਹਦੇ ਵਿੱਚ ਆ ਰਹੇ ਨੇ। ਜੇ ਚੈਲੇਂਜਸ ਨੇ ਤਾਂ ਮੌਕੇ ਵੀ ਨੇ, ਕਿਉਂਕਿ ਇਹ ਇਹ ਕੁਦਰਤ ਦਾ ਨੇ, ਮੈਂ ਜਿੰਨੇ ਜ਼ਿਆਦਾ ਚੈਲੇਂਜਸ ਹੋਣਗੇ ਅਪਰਚੁਨਿਟੀਜ਼ ਜਿਹੜੀਆਂ ਨੇ ਉਸ ਨੂੰ ਉਨੀਆਂ ਹੀ ਜ਼ਿਆਦਾ ਮਿਲਣਗੀਆਂ। ਮੈਂ ਹਮੇਸ਼ਾ ਇਹੀ ਸੋਚਦਾ ਹੁੰਦਾ ਕਿ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਿਆ ਜਾਵੇ, ਅਤੇ ਨਵੀਂ ਸਿੱਖਿਆ ਨੀਤੀ ਨੂੰ ਵੀ ਆਪਾਂ ਜਿਹੜਾ ਹੈਗਾ ਇੱਕ ਪੋਜ਼ਿਟਿਵ ਪ੍ਰੋਸਪੈਕਟ ਤੋਂ ਲਈਏ, ਦੇ ਚੈਲੇਂਜਸ ਨੂੰ ਵੀ, ਅਤੇ ਇਹਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਆਪਣੇ ਮੌਕੇ ਹੋਣਗੇ ਉਹ ਕਿਸ ਤਰ੍ਹਾਂ ਦੇ ਹੋਣਗੇ ਉਹਨਾਂ ਨੂੰ ਆਪਾਂ ਲਈਏ, ਤਾਂ ਇਹ ਬੜਾ ਮੈਨੂੰ ਲੱਗਦਾ ਪੋਜ਼ਿਟਿਵ ਵੇ ਦੇ ਵਿੱਚ ਆਪਾਂ ਨੂੰ ਇਹਨਾਂ ਨੂੰ ਸੋਚ ਕੇ ਲੈਣਾ ਚਾਹੀਦਾ। ਔਰ ਇਹਦੀ ਜਿਹੜੀ ਸਮਝ, ਮੈਨੂੰ ਲੱਗਦਾ ਨਾ ਇਹਦੀ ਸਮਝ ਬੜੀ ਸੌਖੀ ਜੀ ਹੋ ਜਾਵੇ, ਅਗਰ ਸੌਖੇ ਜਿਹੇ ਤਰੀਕੇ ਦੇ ਨਾਲ ਹਰ ਇੱਕ ਨੂੰ ਸਮਝ ਲੱਗ ਜਾਵੇ ਕਿ ਇਹ ਭਾਈ ਨਵੀਂ ਸਿੱਖਿਆ ਨੀਤੀ ਦਾ ਇਹ ਓਬਜੈਕਟਿਵ ਹੈ, ਅਤੇ ਇਸ ਤਰੀਕੇ ਨਾਲ ਇਹਦੀ ਇੰਪਲੀਮੈਂਟੇਸ਼ਨ ਹੋਣੀ ਹੈ, ਅਤੇ ਆਹ ਜਿਹੜੇ ਮੌਕੇ ਇਹਦੇ ਵਿੱਚੋਂ ਨਿਕਲਣਗੇ ਜਿਨ੍ਹਾਂ ਨੂੰ ਅਸੀਂ ਤਰਾਸ਼ਣਾ ਹੈ, ਤਲਾਸ਼ਣਾ ਹੈ, ਅਤੇ ਉਹਨਾਂ ਨੂੰ ਆਪਣੇ
ਤੇ ਇੰਪਲੀਮੈਂਟ ਕਰਨਾ ਹੈ। ਇਹ ਸਾਰੀ ਗੱਲ ਸਾਡੇ ਦਿਮਾਗ ਦੇ ਵਿੱਚ ਆਏਗੀ, ਜਦ ਤੱਕ ਨਹੀਂ ਆਉਂਦੀ ਤਾਂ ਤਦ ਤੱਕ ਉਹ ਇੱਕ ਹਊਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇੱਕ ਜਿਹੜਾ ਡਰ ਜਾਂ ਉਹਦੇ ਬਾਰੇ ਉਹ ਤੋਂ ਭੱਜਣਾ ਉਹ ਬਣਿਆ ਰਹੇਗਾ ਜਦ ਤੱਕ ਅਸੀਂ ਉਹਨੂੰ ਪ੍ਰੋਪਰਲੀ ਸਮਝਦੇ ਨਹੀਂ, ਕਿਉਂਕਿ ਹਰ ਬੰਦਾ ਨਵੀਂ ਸਿੱਖਿਆ ਨੀਤੀ ਨੂੰ ਪੜ੍ਹ ਕੇ ਉਹਨੂੰ ਆਪਣੇ ਤਰੀਕੇ ਦੇ ਨਾਲ ਉਹਦੀ ਇੰਟਰਪ੍ਰੀਟੇਸ਼ਨ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਆਪਣੀ ਬੁੱਧੀ ਦੇ ਮੁਤਾਬਕ ਜਿੰਨਾ ਕੁ ਮੈਂ ਉਸਨੂੰ ਸਮਝਦਾ ਹਾਂ ਮੈਂ ਆਪਣੇ ਹਿਸਾਬ ਦੇ ਨਾਲ ਉਸਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦਾ, ਦੂਸਰਾ ਬੰਦਾ ਉਸਨੂੰ ਆਪਣੇ ਹਿਸਾਬ ਦੇ ਨਾਲ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦਾ। ਸਵਾਲ ਇਹ ਹੈ ਕਿ ਅਸੀਂ ਸੌਖੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਆਮ ਲੋਕਾਂ ਦੇ ਵਿੱਚ, ਆਮ ਵਿਦਿਆਰਥੀਆਂ ਦੇ ਵਿੱਚ, ਆਮ ਅਧਿਆਪਕਾਂ ਦੇ ਵਿੱਚ, ਕਿਉਂਕਿ ਸਾਰਿਆਂ ਨੇ ਨਹੀਂ ਇਹਨੂੰ ਪੜ੍ਹਨਾ, ਸਾਰੇ ਨਹੀਂ ਪੜ੍ਹ ਰਹੇ ਇਸਨੂੰ, ਸਾਰਿਆਂ ਨੇ ਇਸਨੂੰ ਲਾਗੂ ਕਰਨ ਦੇ ਵਿੱਚ ਉਸ ਤਰ੍ਹਾਂ ਦਾ ਰੋਲ ਪਲੇ ਨਹੀਂ ਕਰਨਾ। ਜਿਨ੍ਹਾਂ ਨੇ ਇਸ ਨੂੰ ਲਾਗੂ ਕਰਨ ਦੇ ਵਿੱਚ ਰੋਲ ਪਲੇ ਕਰਨਾ ਹੈ, ਜਿਨ੍ਹਾਂ ਨੇ ਇਸ ਦੇ ਵਿੱਚ ਪੜ੍ਹਨਾ ਹੈ, ਐਟਲੀਸਟ ਉਹ ਉਨਾ ਕੁ ਵਰਗ ਇੰਨਾ ਕੁ ਜ਼ਿਆਦਾ ਉਸ ਦੇ ਹੋਮਲੀ ਹੋ ਜਾਵੇ ਕਿ ਉਸ ਨੂੰ ਈਜ਼ੀਲੀ ਉਹ ਐਕਸੈਪਟ ਕਰ ਲਵੇ ਔਰ ਉਹਨੂੰ ਇੰਪਲੀਮੈਂਟੇਸ਼ਨ ਸੌਖੀ ਹੋ ਜਾਵੇ। ਸਰ ਮੇਰਾ ਆਖਰੀ ਸਵਾਲ ਕਿ ਜਿਵੇਂ ਹੁਣ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਵਿਦੇਸ਼ੀ ਯੂਨੀਵਰਸਿਟੀਆਂ ਜਿਹੜੀਆਂ ਨੇ ਸਾਡੇ ਦੇਸ਼ ਵਿੱਚ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਨੇ, ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਸਾਡੇ ਆਪਣੇ ਕਾਲਜ ਨੇ, ਆਪਣੀਆਂ ਯੂਨੀਵਰਸਿਟੀਆਂ ਨੇ, ਉਹਨਾਂ ਦੇ ਸਾਹਮਣੇ ਇੱਕ ਬੜੀ ਵੱਡੀ ਜਿਹੜੀ ਚੁਣੌਤੀ ਖੜੀ ਹੋ ਜਾਏਗੀ? ਹਾਂਜੀ, ਦੇਖੋ ਨਵੀਂ ਸਿੱਖਿਆ ਨੀਤੀ ਦੇ ਬਾਰੇ 'ਚ ਜਦੋਂ ਮੈਂ ਕਿਹਾ ਕਿ ਕਿਉਂਕਿ ਬਹੁਤ ਵੱਡਾ ਡਰਾਫਟ ਡਾਕੂਮੈਂਟ ਹੈ, ਸਾਰਾ ਇਸ ਨੂੰ ਕੋਈ ਪੜ੍ਹਦਾ ਵੀ ਨਹੀਂ ਹੈਗਾ, ਉਹਦੀਆਂ ਵਿੱਚ ਕਰਾਕਸ ਕੀ ਨੇ ਉਹਨਾਂ ਦੇ ਬਾਰੇ 'ਚ ਵੀ ਪੜ੍ਹਨ ਦੀ ਬਹੁਤੀ ਜ਼ਿਆਦਾ ਜਿਹੜੀ ਹੈਗੀ ਆ ਉਹ ਸਮਝ ਰੱਖਣ ਤੋਂ ਗਰੇਜ਼ ਕਰਦੇ ਨੇ ਲੋਕ। ਮੈਂ ਕਈ ਵਾਰ ਦੇਖਿਆ ਕਿ ਭੱਜਦੇ ਨੇ ਉਸ ਨੂੰ ਪੜ੍ਹਨ ਤੋਂ। ਬੜਾ ਵਧੀਆ ਸਵਾਲ ਤੁਸੀਂ ਉਠਾ ਲਿਆ, ਵਿਦੇਸ਼ੀ ਯੂਨੀਵਰਸਿਟੀਆਂ, ਨਵੀਂ ਸਿੱਖਿਆ ਨੀਤੀ ਦਾ ਓਬਜੈਕਟਿਵ ਕੀ ਹੈ ਕਿ ਜਿਹੜੀ ਸਾਡੀ ਸਿੱਖਿਆ ਹੈ ਉਸ ਨੂੰ ਗਲੋਬਲੀ ਐਕਸੈਪਟੈਂਸ ਦੇਣੀ ਹੈ। ਗਲੋਬਲਾਈਜ਼ ਪੱਧਰ ਦੇ ਉੱਤੇ ਉਹਦੀ ਜਿਹੜੀ ਬਰਾਬਰਤਾ, ਮਾਨਤਾ ਜਿਹੜੀ ਹੈਗੀ ਉਹ ਬਣਾਉਣੀ ਹੈ, ਮੇਨ ਐਸਪੈਕਟ ਤਾਂ ਇਹ ਹੈ। ਜੇ ਤੁਸੀਂ ਉਹੋ ਜਿਹਾ ਇਨਵਾਇਰਮੈਂਟ ਕ੍ਰੀਏਟ ਕਰੋਗੇ, ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਅਜਿਹੀ ਪਾਏਦਾਰ ਸਿੱਖਿਆ ਹਿੰਦੁਸਤਾਨ ਦੇ ਵਿੱਚ ਆਏਗੀ, ਅਸੀਂ ਚਾਹੀ ਤਾਂ ਹੀ ਉਸ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਜੋ ਯੂਨੀਵਰਸਿਟੀਆਂ ਨੇ ਉਹਨਾਂ ਦਾ ਜੋ ਮਿਆਰ ਹੈ ਉਸ ਚੈਲੇਂਜ ਨੂੰ ਐਕਸੈਪਟ ਕਰਕੇ ਉਸ ਨੂੰ ਅਸੀਂ ਉਸ ਚੈਲੇਂਜ ਦੇ ਨਾਲ ਲੜਨ ਦੇ ਯੋਗ ਹੋਵਾਂਗੇ। ਨਵੀਂ ਸਿੱਖਿਆ ਨੀਤੀ ਇਹ ਚੀਜ਼ ਕਰਦੀ ਹੈ ਕਿ ਸਾਨੂੰ ਇੰਟਰਨੈਸ਼ਨਲੀ ਰੈਕੋਗਨਾਈਜ਼ ਕਰਨੀ ਹੈ ਸਾਡੀ ਸਾਡੀ ਐਜੂਕੇਸ਼ਨ ਨੂੰ। ਹੁਣ ਤੱਕ ਤਾਂ ਅਸੀਂ ਆਪਣੀ ਐਜੂਕੇਸ਼ਨ ਨੂੰ ਇੰਟਰਨੈਸ਼ਨਲੀ ਰੈਕੋਗਨਾਈਜ਼ ਕਰਨ ਦੇ ਵਿੱਚ ਹੀ ਅਸਮਰਥ ਰਹੇ ਹਾਂ, ਜੇ ਅਸੀਂ ਸਮਰਥ ਹੋ ਜਾਵਾਂਗੇ ਤਾਂ ਬਾਹਰ ਦੀਆਂ ਯੂਨੀਵਰਸਿਟੀਆਂ ਆਉਣਗੀਆਂ, ਐਟ ਪਾਰ ਸਿਲੇਬਸ ਹੋਏਗਾ, ਐਟ ਪਾਰ ਜਿਹੜਾ ਐਜੂਕੇਸ਼ਨ ਸਿਸਟਮ ਹੋਏਗਾ, ਫੈਸਿਲਿਟੀਜ਼ ਹੋਣਗੀਆਂ ਉਸ ਤਰ੍ਹਾਂ ਦੀਆਂ, ਉਹਦਾ ਜਿਹੜਾ ਉਹਦੇ ਵਿੱਚੋਂ ਨਿਕਲਣ ਵਾਲੇ ਜਿਹੜੇ ਮੌਕੇ ਨੇ ਉਹਨਾਂ ਮੌਕਿਆਂ ਦਾ ਜਿਹੜਾ ਫਾਇਦਾ ਹੈ ਉਹ ਮਿਲਣਾ ਕਿਸ ਨੂੰ ਹੈ? ਅਲਟੀਮੇਟਲੀ ਉਹ ਮਿਲਣਾ ਵਿਦਿਆਰਥੀ ਨੂੰ, ਸਾਡੇ ਵਿਦਿਆਰਥੀ ਨੂੰ ਮਿਲਣਾ, ਵਿਦੇਸ਼ੀ ਵਿਦਿਆਰਥੀ ਨੂੰ ਮਿਲਣਾ ਜਿਹੜਾ ਹੁਣ ਇੱਥੇ ਪੜ੍ਹੇਗਾ, ਚਾਹੇ ਉਹ ਵਿਦੇਸ਼ੀ ਯੂਨੀਵਰਸਿਟੀ ਆ ਰਹੀ ਹੈ ਉਹ 'ਚ ਪੜ੍ਹੇਗਾ, ਸਾਡੀ 'ਚ ਪੜ੍ਹੇਗਾ, ਜਦੋਂ ਇਕੁਅਲੈਂਟ ਹੋ ਜਾਏਗਾ ਸਾਰਾ ਸੈਟਅਪ, ਇਕੁਐਲਿਟੀ ਆ ਜਾਏਗੀ, ਐਕਸੀਲੈਂਸ, ਕਿਉਂਕਿ ਐਕਸੀਲੈਂਸ ਵੱਲ ਨੂੰ ਅਸੀਂ ਜਾਣਾ, ਐਕਸੀਲੈਂਸ ਵੱਲ ਨੂੰ ਵਧਣਾ ਹੈਗਾ, ਕੁਆਲਿਟੀ ਐਜੂਕੇਸ਼ਨ 'ਤੇ ਜ਼ੋਰ ਦਿੱਤਾ ਗਿਆ ਹੈ, ਅਸੈਸੇਬਿਲਿਟੀ 'ਤੇ ਜ਼ੋਰ ਦਿੱਤਾ ਗਿਆ, ਅਫੋਰਡੇਬਿਲਿਟੀ 'ਤੇ ਜ਼ੋਰ ਦਿੱਤਾ ਗਿਆ ਕਿ ਅਫੋਰਡੇਬਲ ਕਰ ਦਿਓ, ਗਰੀਬ ਤੋਂ ਗਰੀਬ ਬੱਚਾ ਜਿਹੜਾ ਹੈ ਉਹ ਇੰਟਰਨੈਸ਼ਨਲਾਈਜ਼ ਸਟੈਂਡਰਡ ਦੀ ਜਿਹੜੀ ਐਜੂਕੇਸ਼ਨ ਹੈ ਉਹ ਪ੍ਰਾਪਤ ਕਰ ਸਕੇ, ਉਹ ਘਰ ਬੈਠੇ ਪ੍ਰਾਪਤ ਕਰ ਸਕੇ, ਉਹਦੇ ਲਈ ਆਨਲਾਈਨ ਮਾਧਿਅਮ ਦੀ ਜਿਹੜੀ ਹੈਗੀ ਆ ਵਿਵਸਥਾ ਕਰ ਦਿੱਤੀ, ਉਸਦੇ ਲਈ ਆਫਲਾਈਨ ਮਾਧਿਅਮ ਦੀ ਬਲੈਂਡਡ ਮੋਡ ਦੀ ਜਿਹੜੀ ਹੈਗੀ ਹੈ। ਹੁਣ ਦੇਖੋ ਕਿੰਨਾ ਸੰਭਵ ਹੋ ਗਿਆ ਆਫਟਰ ਕੋਵਿਡ, ਤਾਂ ਬੜਾ ਇਹ ਸਾਡੇ ਲਈ ਕੀ ਹੋਇਆ ਕਿ ਜਿਹੜੇ ਲੋਕ ਕਦੇ ਸੋਚਦੇ ਸੀ ਉਹਨਾਂ ਦੇ ਲਈ ਹਾਰਵਰਡ ਯੂਨੀਵਰਸਿਟੀ, ਕੇਂਬਰਿਜ ਯੂਨੀਵਰਸਿਟੀ ਜਿਹੜੀ ਹੈ ਉਹ ਇੱਕ ਸੁਪਨਾ ਮਾਤਰ ਸੀ, ਉੱਥੇ ਜਾਣਾ, ਉੱਥੇ ਦੇ ਅਧਿਆਪਕਾਂ ਦੇ ਨਾਲ ਇੰਟਰੈਕਟ ਕਰਨਾ, ਪੜ੍ਹਨਾ, ਸਮਝਣਾ, ਤਾਂ ਹੁਣ ਕੀ ਹੈ ਕਿ ਆਨਲਾਈਨ ਮੋਡ ਨੇ, ਬਲੈਂਡਡ ਮੋਡ ਨੇ ਕਿੰਨੇ ਹੀ ਮੌਕੇ ਸਾਡੇ ਲਈ ਦੇ ਦਿੱਤੇ ਕਿ ਉਹਨਾਂ ਦੇ ਨਾਲ ਇੰਟਰੈਕਸ਼ਨ ਦੇ ਮੌਕੇ ਮਿਲੇ। ਇਹ ਸਾਰੀਆਂ ਮੌਕੇ ਨੇ ਇੰਟਰਨੈਸ਼ਨਲੀ ਸਾਨੂੰ ਜਿਹੜਾ ਹੈਗਾ ਗਲੋਬਲੀ ਜੇ ਤੁਸੀਂ ਜਾਣਾ, ਕਿਉਂਕਿ ਦੇਖੋ ਵੀ ਆਰ ਨੋਟ ਲਿਵਿੰਗ ਇਨ ਦਾ ਆਈਸੋਲੇਸ਼ਨ, ਇੰਡੀਆ ਜਿਹੜਾ ਹੈਗਾ ਕੋਈ ਕੱਲਮ ਕੱਲਾ ਤਾਂ ਰਹਿ ਨਹੀਂ ਰਿਹਾ, ਔਰ ਅੱਜ ਇਸ ਇੰਟਰਨੈਸ਼ਨਲਾਈਜੇਸ਼ਨ ਦੇ ਦੌਰ ਦੇ ਵਿੱਚ ਇੱਕ ਐਜੂਕੇਸ਼ਨ ਹੀ ਅਜਿਹਾ ਟੂਲ ਹੈ, ਵਿੱਦਿਆ ਹੀ ਅਜਿਹਾ ਟੂਲ ਹੈ ਜਿਹੜਾ ਤੁਹਾਨੂੰ ਦੂਜੇ ਮੁਲਕਾਂ ਦੇ ਬਰਾਬਰ ਕਰ ਸਕਦਾ।
ਅੱਜ ਸਾਡਾ ਵਿਦਿਆਰਥੀ ਪੜ੍ਹਨ ਲਈ ਜਾ ਰਿਹਾ ਵਿਦੇਸ਼ਾਂ ਦੇ ਵਿੱਚ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਵਿਦੇਸ਼ਾਂ 'ਚ ਪੜ੍ਹ, ਕੱਲ੍ਹ ਨੂੰ ਵਿਦੇਸ਼ਾਂ ਦਾ ਵਿਦਿਆਰਥੀ ਜੇ ਤੁਹਾਡੀ ਇਕੁਲੈਂਟ ਹੋ ਜਾਏਗੀ, ਤੁਹਾਡਾ ਤੁਹਾਡਾ ਜਿਹੜਾ ਐਜੂਕੇਸ਼ਨ ਸੈਟਅਪ ਹੈ, ਤੁਹਾਡੀਆਂ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਐਟਪਾਰ ਹੋ ਜਾਣਗੀਆਂ, ਉਹਨਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਣਗੇ। ਦੇਖੋ ਇਹ ਐਕਸਚੇਂਜ ਪ੍ਰੋਗਰਾਮ ਹੈ, ਦਿਸ ਇਜ਼ ਦੀ ਐਕਸਚੇਂਜ ਪ੍ਰੋਗਰਾਮ, ਉਹ ਚੱਲੇਗਾ। ਅੱਜ ਦੇ ਸੰਦਰਭ 'ਚ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਉਸਦੇ ਕਿਸ ਤਰ੍ਹਾਂ ਦੇ ਆਯਾਮ ਜਿਹੜੇ ਨੇ ਉਹ ਨਿਕਲਣਗੇ। ਇਹ ਬੜਾ ਬੜਾ ਬਰਾਊਡਰ ਐਸਪੈਕਟ ਤੋਂ ਮੈਂ ਸਮਝਦਾ ਕਿ ਇਸ ਨੂੰ ਸਾਨੂੰ ਬਹੁਤ ਓਪਨ ਮਾਈਂਡਡ ਬਰਾਊਡ ਮਾਈਂਡਡਲੀ ਹੋ ਕੇ ਸੋਚਣ ਦੀ ਲੋੜ ਹੈ ਨਵੀਂ ਸਿੱਖਿਆ ਨੀਤੀ ਦੇ ਬਾਰੇ 'ਚ, ਇਸ ਦੇ ਮੌਕਿਆਂ ਦੇ ਬਾਰੇ 'ਚ। ਨੋ ਡਾਊਟ ਨੰਬਰ ਆਫ ਚੈਲੇਂਜਸ, ਤੁਸੀਂ ਪਹਿਲਾਂ ਗੱਲ ਕਰੀ ਜਿਸ ਤਰ੍ਹਾਂ ਕਿ 6% ਬਜਟਰੀ ਪ੍ਰੋਸੈਸ ਦੀ ਉਹਦੇ 'ਚ ਗੱਲ ਕਹੀ ਗਈ ਹੈ, ਪਰ ਜੇ ਜੇ ਦੋਨਿਆਂ ਨੂੰ ਮਿਲਾ ਕੇ ਲਾ ਲਈਏ ਸੈਂਟਰ ਅਤੇ ਸਟੇਟ ਨੂੰ, ਤਾਂ ਮੈਨੂੰ ਲੱਗਦਾ ਕਿ 3.1% ਦੇ ਕਰੀਬ ਜਿਹੜਾ ਹੈਗਾ ਜ਼ੋਰ ਲਾ ਕੇ ਜਿਹੜਾ ਲੱਗ ਰਿਹਾ। ਤੋ ਇੱਕ 3% ਦਾ ਜਿਹੜਾ ਗੈਪ ਆ ਉਹ ਕਿਸ ਤਰ੍ਹਾਂ ਦਾ, ਦੈਟ ਇਜ਼ ਅ ਚੈਲੇਂਜ, ਨੋ ਡਾਊਟ ਚੈਲੇਂਜਿਸ। ਵਨ ਮੋਰ ਚੈਲੇਂਜਿਸ ਇਜ਼ ਦੇਅਰ ਕਿ ਸਿਸਟਮ ਨਵਾਂ ਆ ਗਿਆ, ਨਿਊ ਐਜੂਕੇਸ਼ਨ ਪਾਲਿਸੀ ਦੈਟ ਇਜ਼ NEP 2020, ਪਰ ਜਿਸ ਨੇ ਉਹਨੂੰ ਇੰਪਲੀਮੈਂਟ ਕਰਨਾ ਦੇ ਆਰ ਓਲਡ। ਜਿਹੜਾ ਸਿੱਖਿਅਕ ਵਰਗ ਹੈ, ਜਿਹੜਾ ਅਧਿਆਪਨ ਵਰਗ ਹੈ, ਜਿਹਨੂੰ 50 ਸਾਲ ਦੀ ਉਮਰ ਹੈ, ਉਸਨੇ ਆਪਣੀ 20-30 ਸਾਲ ਦੀ ਨੌਕਰੀ ਕਰ ਲਈ ਹੈ, ਅਤੇ ਉਹ 50 ਸਾਲ ਦੀ ਉਮਰ 'ਚ ਜਾ ਕੇ ਕਿਸ ਤਰ੍ਹਾਂ ਨਵੇਂ ਸੈਟਅਪ ਦੇ ਵਿੱਚ ਜਾਂਦਾ ਹੈ, ਉਹ ਦੈਟ ਇਜ਼ ਏ ਚੈਲੇਂਜ। ਮੈਨੂੰ ਲੱਗਦਾ ਉਹਨੂੰ ਕਬੂਲਣਾ ਚਾਹੀਦਾ, ਉਹ ਕਬੂਲਦਾ ਹੈ, ਅਧਿਆਪਕ ਕਬੂਲੇਗਾ, ਇਸ ਨੂੰ ਕਬੂਲਣਾ ਪਏਗਾ। ਜੇ ਨਹੀਂ ਕਬੂਲੇਗਾ, ਸਿਸਟਮ ਇੱਕ ਅਜਿਹੀ ਚੀਜ਼ ਹੈ ਉਸਨੂੰ ਬਾਹਰ ਕੱਢ ਦੇਗਾ, ਕਿਉਂਕਿ ਇੱਕ ਸਿਸਟਮ ਦੇ ਵਿੱਚ ਆਉਣ ਦੇ ਲਈ ਉਹਨੂੰ ਉਹਦੇ ਵਿੱਚ ਪ੍ਰਜ਼ਰਵ ਕਰਨ, ਕਿਉਂਕਿ ਪ੍ਰਜ਼ਰਵਨੈਸ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂਲ ਆਫ ਨਿਊ ਐਜੂਕੇਸ਼ਨ ਪਾਲਿਸੀ, ਪ੍ਰਜ਼ਰਵ ਕਰਨਾ। ਜਦੋਂ ਤੱਕ ਉਹਦੇ ਵਿੱਚ ਤੁਸੀਂ ਪ੍ਰਜ਼ਰਵ ਨਹੀਂ ਕਰੋਗੇ, ਤਾਂ ਤੁਹਾਨੂੰ ਉਹ ਆਟੋਮੈਟਿਕਲੀ ਉਹ ਜਿਹੜਾ ਐਜੂਕੇਸ਼ਨ ਸਿਸਟਮ ਡਿਵੈਲਪ ਹੀ ਇੱਦਾਂ ਦਾ ਹੋ ਜਾਣਾ ਕਿ ਤੁਸੀਂ ਆਟੋਮੈਟਿਕਲੀ ਉਹ ਤੁਹਾਨੂੰ ਬਾਹਰ ਕੱਢ ਦੇਗਾ, ਆਊਟ ਕਰ ਦੇਗਾ। ਉਹਦੇ ਲਈ ਤੁਹਾਨੂੰ ਉਹ ਚੈਲੇਂਜਸ ਨੂੰ ਐਕਸੈਪਟ ਕਰਨਾ ਪਏਗਾ, ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪਏਗਾ। ਤੁਹਾਨੂੰ IT ਯੂਜ਼ ਕਰਨੀ ਪਏਗੀ, ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਗੱਲ ਕਰਨੀ ਪਏਗੀ, ਤੁਹਾਨੂੰ ਨਵੀਆਂ ਨਵੀਆਂ ਗੱਲਾਂ 'ਤੇ ਜਿਹੜੀ ਹੈਗੀ ਹੈ ਰਿਸਰਚ 'ਤੇ ਖੋਜ 'ਤੇ ਗੱਲ ਕਰਨੀ ਪਏਗੀ। ਦੂਸਰੀ ਗੱਲ ਇਹਦੇ ਵਿੱਚ ਦੇਖੋ, ਬੜੀ ਕਮਾਲ ਦੀ ਗੱਲ ਹੈ ਪ੍ਰੋਫੈਸਰ ਦਰਲਾਜ, ਸਾਰੇ ਦਾ ਸਾਰਾ ਕੁਛ ਨਵਾਂ ਨਹੀਂ ਹੈ, ਸਾਰੇ ਦਾ ਸਾਰਾ ਹੀ ਆਪਾਂ ਕਹੀਏ ਕਿ ਨਵਾਂ ਨਹੀਂ। ਦੇਅਰ ਆਰ ਸਮ ਇੰਪੋਰਟੈਂਟ ਥਿੰਗਸ ਆਫ ਇੰਡੀਅਨ ਹਿਸਟਰੀ ਐਂਡ ਕਲਚਰ, ਵੈਲਿਊ ਬੇਸਡ ਐਜੂਕੇਸ਼ਨ ਦੇ ਉੱਪਰ ਬਹੁਤ ਜ਼ੋਰ ਦਿੱਤਾ ਗਿਆ। ਵੈਲਿਊਜ਼ ਜਿਹੜੀਆਂ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਵੈਲਿਊਜ਼ ਕਿਵੇਂ ਇਨਕਲਕੇਟ ਕਰ ਸਕੀਏ ਵਿਦਿਆਰਥੀਆਂ ਦੇ ਵਿੱਚ। ਨਵੀਂ ਚੀਜ਼ ਜਿਹੜੀ ਆ ਰਹੀ ਹੈ ਸੈਂਟੀਫਿਕ ਟੈਂਪਰ, ਜਿਵੇਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਆਰਟੀਕਲ 51A ਜਿਹੜਾ ਹੈ ਫੰਡਾਮੈਂਟਲ ਡਿਊਟੀਜ਼ ਜਿਹੜਾ, ਉਸਦੇ ਵਿੱਚ ਸਾਨੂੰ ਡਿਊਟੀਜ਼ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ, ਉਹਦੇ ਵਿੱਚ ਕੀ ਅਪਰੋਚ ਅਪਣਾਈ ਗਈ ਹੈ ਕਿ ਐਵਰੀ ਸਿਟੀਜ਼ਨ ਆਫ ਇੰਡੀਆ ਜਿਹੜਾ ਹੈਗਾ ਸ਼ੁੱਡ ਅਡੋਪਟ ਸੈਂਟੀਫਿਕ ਟੈਂਪਰ। ਸੈਂਟੀਫਿਕ ਟੈਂਪਰ ਸਾਨੂੰ ਸੈਂਟੀਫਿਕ ਟੈਂਪਰ ਅਡੋਪਟ ਕਰਨਾ ਚਾਹੀਦਾ, ਔਰ ਉਸ ਤਰ੍ਹਾਂ ਦੇ ਨਾਲ ਸਾਨੂੰ ਜਿਹੜਾ ਸਾਰੇ ਦਾ ਸਾਰਾ ਇਹ ਸੈਟਅਪ ਲੈਣਾ ਚਾਹੀਦਾ। ਬਾਕੀ ਇਸ ਦਾ ਇਹਦਾ ਮਾਡਲ ਕੀ ਹੈ, ਦੇਖੋ ਜੇ ਦੋ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਮਾਡਲ ਹੈ, ਕਿਉਂਕਿ ਇਹ ਅੱਜ ਆਪਣਾ ਇਹ ਵਿਸ਼ਾ ਨਹੀਂ ਹੈ ਮੈਨੂੰ ਲੱਗਦੀ ਹੈ ਟਾਕ ਦਾ, ਕਿਉਂਕਿ ਆਪਾਂ ਅੱਜ ਬੇਸਿਕਲੀ ਚੈਲੇਂਜਸ ਅਤੇ ਅਪਰਚੁਨਿਟੀਜ਼ 'ਤੇ ਗੱਲ ਕਰ ਰਹੇ ਹਾਂ। ਉਹ ਮਾਡਲ ਕਿੱਦਾਂ ਦਾ ਹੈ, ਉਹ ਹਾਇਰ ਐਜੂਕੇਸ਼ਨ ਤੱਕ ਦਾ ਮਾਡਲ ਉਹਦੇ ਵਿੱਚ ਕਿਸ ਤਰ੍ਹਾਂ ਦਾ ਹੈ, ਉਹਨੂੰ ਅਸੈਸੀਬਲ ਬਣਾਉਣ ਦੇ ਲਈ ਕਿਸ ਤਰ੍ਹਾਂ ਦਾ, ਹਾਇਰ ਹਾਇਰ ਸੈਕੰਡਰੀ ਤੱਕ, ਅਤੇ ਉਸ ਤੋਂ ਬਾਅਦ ਫਿਰ ਹਾਇਰ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਾਂਚ ਹੋਣਾ ਹੈ। ਗ੍ਰੈਜੂਏਸ਼ਨ 3 ਸਾਲ ਦੀ ਹੋ ਜਾਣੀ ਹੈ, 4 ਸਾਲ ਦੀ ਹੋ ਜਾਣੀ ਹੈ, ਰਿਸਰਚ ਬੇਸਡ ਹੋ ਜਾਣੀ ਹੈ, ਕਿਸ ਤਰ੍ਹਾਂ ਦਾ ਹੋ ਜਾਣਾ, ਦਿਸ ਇਜ਼ ਅਨਦਰ ਐਸਪੈਕਟ ਆਫ ਇੰਪਲੀਮੈਂਟੇਸ਼ਨ। ਬਟ ਦ ਥਿੰਗ ਇਜ਼ ਦੈਟ ਕਿ ਮੇਨ ਉਹਦਾ ਮਨਸ਼ਾ ਪੜ੍ਹਨਾ, ਮੇਨ ਮਕਸਦ ਪੜ੍ਹਨਾ, ਉਹ ਚੰਗਾ, ਉਹ ਚੰਗਾ, ਉਹਦਾ ਉਦੇਸ਼ ਚੰਗਾ, ਉਹ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਚੈਲੇਂਜਸ ਆਉਣਗੇ, ਉਹ ਚੈਲੇਂਜਸ ਐਕਸੈਪਟ ਕਰਨੇ ਪੈਣਗੇ। ਡਿਫਰੈਂਟ ਡਿਫਰੈਂਟ ਟਾਈਪ ਦੇ ਦੇਖੋ ਸਾਨੂੰ ਕਿੰਨਾ ਕੁਛ ਮਿਲ ਰਿਹਾ ਨਵਾਂ, ਜੇ ਸਮਾਂ ਬੀਤਣ ਦੇ ਨਾਲ ਕੋਈ ਚੀਜ਼ ਨਵੀਂ ਆਉਂਦੀ ਹੈ। ਹੁਣ ਤੱਕ ਇੱਕ ਯੂਨੀਵਰਸਿਟੀ ਜਿਹੜੀ ਰਿਸਰਚ ਵੀ ਕਰਾਈ ਜਾ ਰਹੀ ਹੈ, ਐਫੀਲੀਏਟ ਵੀ ਕਰੀ ਜਾ ਰਹੀ ਹੈ ਕਾਲਜਾਂ ਨੂੰ, ਅਤੇ ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ। ਨਾਓ NEP ਕੀ ਕਹਿ ਰਹੀ ਹੈ, NEP ਕਹਿ ਰਹੀ ਹੈ ਰਿਸਰਚ ਯੂਨੀਵਰਸਿਟੀਜ਼ ਅਲੱਗ ਕਰ ਦਿਓ, ਅਕੈਡੈਮਿਕਸ ਅਲੱਗ ਕਰ ਦਿਓ, ਭਾਈ ਤੁਸੀਂ ਆਟੋਨੋਮਸ ਕਾਲਜਿਸ ਅਕੈਡੈਮਿਕਸ ਜਿਹੜੇ ਡਿਗਰੀ ਵਾਰਡ ਕਾਲਜ ਨੂੰ ਅਲੱਗ ਕਰ ਦਿਓ।
मतलब कि यह कितने गल नू स्ट्रीमलाइन करके क्वालिटी वाली जाने की गल हो रही है। अफोर्डेबल मतलब जड़ा है क्वालिटी एजुकेशन देने दे उत्ते एक विजन, दैट इज़ द विजन ऑफ द NEP 2020। तो उस हिसाब के सानू देख के उस चैलेंज नू एक्सैप्ट कर लेना चाहिए। ये गल जिस तरह क्योंकि मैं पहला भी आप जो फॉर्मल इनफॉर्मली गलबात कर रहे थे इस तो पहला मैं तुम्हें कहा कि यह बड़ा वड्डा ड्राफ्ट डाकूमेंट है, इस दे उत्ते कोई 15-20 मिनट दे विच गल करनी मैनू लगता संभव नहीं है। बहुत सारिया गल्लां इहदे उत्ते हो सकदियां ने, करिकुलम ते बहुत कुछ हो सकता, किस तरह का करिकुलम डिजाइन होएगा, बट बेसिकली बेसिक थिंग इज दैट कि चैलेंजेस जिहड़े हैगे आ उहनां नू अध्यापकां ने ही देखना, कबूलना अध्यापकां ने है, उहनां ने ही उसनू उस लीडरशिप ने कबूलना है, उस सरकार ने देखना है कि किस तरह असीं उसनू करना है, वह सारे कबूलने पैणे आ। उस तो बाद उहदे विचों जिहड़े निकलण वाले मौके ने, वह मौके भी जिहड़े ने तराश के उहनां दा फायदा भी साडियां जिहड़ियां आउण वालियां जनरेशनस ने ही लैणा है। इंटरनेशनलाइज जिहड़ा हो जाणा जदों एजुकेशन इंटरनेशनल रिकोगनाइज हो जाणा एजुकेशन ने, तो उहदी जिहड़ी जिहड़ी स्प्रेडनैस जिहड़ी हैगी ऑल ओवर वर्ल्ड दे विच जदों असीं रिकोगनाइज होगी साडी डिग्री, तो साडा एजुकेशन सैटअप कितें ना कितें स्टैंडर्डाइज हो जाएगा, जिहड़ा कि अज तक सवालिया निशान दे घेरे दे विच खड़ा है। सर तुहाडा धन्नवाद, तुसीं बहुत ही सौखे ते स्पष्ट तरीके नाल सानूं जिहड़ा है न्यू एजुकेशन पॉलिसी बारे दस्सिया, ते स्टूडियो ऑनलाइन भी तुहाडा बहुत बहुत धन्नवाद। शुक्रिया। दर्शकों, सर ने सानूं बहुत ही सौखे ते स्पष्ट तरीके नाल न्यू एजुकेशन पॉलिसी बारे दस्सिया। न्यू एजुकेशन पॉलिसी जिहनूं बहुत ज़्यादा कंपलैक्स जिहड़ा उह समझा जांदा है कि न्यू एजुकेशन पॉलिसी जिहड़ी है की है, इहदा एजेंडा की है, उह सर ने बहुत सोहणा सानूं जिहड़ा एक्सप्लेन कीता है, ते सानूं सारिआं नूं न्यू एजुकेशन पॉलिसी बारे पढ़ना चाहीदा है, सारे इस बारे जानन, क्योंकि सिक्ख्या जिहड़ा साडा एजुकेशन जिहड़े साडे समाज का सब तो जरूरी जिहड़ा अंग है। कोई भी समाज जिहड़ा तां बेहतर बन सकदा अगर उहनां दी सिक्ख्या बेहतर होएगी। तो आपां फिर किसी नवें विशे दे नाल तुहाडे सामने रूबरू होवांगे, तद तक लई माता गुजरी कॉलेज दे यूट्यूब दे नाल जुड़े रहो ते साडे प्रोग्राम जिहड़े ने उह देखते रहो। धन्नवाद।